ਸਤਿ ਸ਼੍ਰੀ ਅਕਾਲ ਬੱਚਿਓ, ਮੈਂ ਆਪਣੀ ਪਿਛਲੀ ਵੀਡੀਓ ਵਿੱਚ ਪਾਰਟ ਨੰਬਰ 2 ਸੋਨ ਪਰੀ ਦਾ ਭਾਗ 2 ਤੁਹਾਨੂੰ ਪੜ੍ਹਾਇਆ ਸੀ ਅਤੇ ਅੱਜ ਆਪਾਂ ਇਸਦਾ ਭਾਗ 3 ਅਤੇ ਆਖਰੀ ਭਾਗ ਪੜ੍ਹਾਂਗੇ। ਚਲੋ ਅੱਜ ਆਪਾਂ ਭਾਗ 3 ਪੜ੍ਹਨਾ ਸ਼ੁਰੂ ਕਰਦੇ ਹਾਂ। ਨੀਨਾ ਨੇ ਪਰੀ ਨੂੰ ਕਿਹਾ, ਮੇਰਾ ਕੋਈ ਦੋਸਤ ਨਹੀਂ, ਮੈਂ ਚਾਹੁੰਦੀ ਹਾਂ ਮੇਰੇ ਸਾਰੇ ਦੋਸਤ ਮੈਨੂੰ ਪਸੰਦ ਕਰਨ ਅਤੇ ਮੈਂ ਉਹਨਾਂ ਨਾਲ ਖੇਡਾਂ। ਅਜਿਹਾ ਹੀ ਹੋਵੇਗਾ, ਪਰੀ ਨੇ ਕਿਹਾ, ਪਰ ਤੈਨੂੰ ਇੱਕ ਵਾਅਦਾ ਕਰਨਾ ਹੋਏਗਾ ਕਿ ਤੂੰ ਹਰ ਰੋਜ਼ ਨਹਾਉਣ ਤੋਂ ਪਹਿਲਾਂ ਦੰਦ ਸਾਫ਼ ਕਰੇਂਗੀ ਅਤੇ ਜਦੋਂ ਵੀ ਕੋਈ ਚੀਜ਼ ਖਾਵੇਂਗੀ ਉਸ ਤੋਂ ਬਾਅਦ ਕੁਰਲੀ ਕਰੇਂਗੀ। ਕੁਰਲੀ ਮਤਲਬ ਮੂੰਹ ਵਿੱਚ ਪਾਣੀ ਪਾ ਕੇ ਇੱਧਰ ਉੱਧਰ ਘੁਮਾਉਣ ਨੂੰ ਕੁਰਲੀ ਕਹਿੰਦੇ ਹਨ। ਰਾਤ ਨੂੰ ਸੌਣ ਤੋਂ ਪਹਿਲਾਂ ਵੀ ਚੰਗੀ ਤਰ੍ਹਾਂ ਦੰਦ ਸਾਫ਼ ਕਰਕੇ ਹੀ ਸੌਵੇਂਗੀ। ਜੇਕਰ ਤੂੰ ਅਜਿਹਾ ਕੀਤਾ ਤਾਂ ਤੇਰੇ ਬਹੁਤ ਸਾਰੇ ਦੋਸਤ ਹੋਣਗੇ ਜੋ ਤੇਰੇ ਨਾਲ ਹੀ ਖੇਡਣਾ ਪਸੰਦ ਕਰਨਗੇ, ਕਿਉਂਕਿ ਤੂੰ ਦਿਲ ਦੀ ਬਹੁਤ ਚੰਗੀ ਹੈ ਅਤੇ ਸੁਭਾਅ ਦੀ ਸਭ ਦੀ ਮਦਦ ਕਰਕੇ ਤੈਨੂੰ ਬਹੁਤ ਖੁਸ਼ੀ ਮਿਲਦੀ ਹੈ। ਮਦਦ ਕਰਕੇ ਮਤਲਬ ਸਹਾਇਤਾ ਕਰਕੇ, ਹੈਲਪ ਕਰਕੇ। ਨੀਨਾ ਨੇ ਪਰੀ ਨੂੰ ਵਾਅਦਾ ਕੀਤਾ ਅਤੇ ਪਰੀ ਅਲੋਪ ਹੋ ਗਈ। ਅਲੋਪ ਹੋ ਗਈ ਮਤਲਬ ਗਾਇਬ ਹੋ ਗਈ, ਉਹਨੂੰ ਦਿਸਣ ਤੋਂ ਬੰਦ ਹੋ ਗਈ। ਨੀਨਾ ਨੇ ਪਰੀ ਦੀਆਂ ਸਾਰੀਆਂ ਗੱਲਾਂ ਮੰਨ ਲਈਆਂ। ਹੁਣ ਉਸਦੇ ਸਾਥੀ ਉਸ ਤੋਂ ਦੂਰ ਨਹੀਂ ਭੱਜਦੇ, ਸਗੋਂ ਨੀਨਾ ਵਰਗੀ ਬਹੁਤ ਪਿਆਰੀ ਸੁਭਾਅ ਵਾਲੀ ਕੁੜੀ ਨਾਲ ਹਰ ਕੋਈ ਦੋਸਤੀ ਕਰਨਾ ਚਾਹੁੰਦਾ ਸੀ। ਬੱਚਿਓ, ਇਹ ਆਪਣਾ ਪਾਰਟ ਨੰਬਰ 2 ਸੋਨ ਪਰੀ ਦਾ ਆਖਰੀ ਭਾਗ ਸੀ।